ਸੰਗਤ ਪੋਚ ਪੋਚ ਦਿਨ ਰਾਤੀ ਮੇਰੀ ਸੰਗਤ ਪੋਚ ਪੋਚ ਦਿਨ ਰਾਤੀ
ਤੇਰਾ ਕਰਮ ਪਤਿਲਤਾ ਜਨਮ ਤੂੰ ਪਾਤੀ ਰਾਮ ਵਸਈਆ ਜੀਏ ਤੇ ਜੀਵਨਾ ਮੋਹਨਾ ਵਿਸਾਰੋ ਮੈਂ ਜਗ ਤੇਰਾ ਮੇਰੇ ਹਰ ਹੋ ਪਤ ਜਨ ਕਰੋ ਸੁਭਾਈ ਮੇਰੇ ਕਿਰਪਾ ਕਰਨੀ ਹੈ।
ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ ਜਿਨ੍ਹਾਂ ਦਾ ਸਾਰਾ ਸਾਲ ਹੀ ਅਸੀਂ ਪ੍ਰਕਾਸ਼ ਪੁਰਬ ਮਨਾਉਂਦੇ ਰਹਿੰਦੇ ਹਾਂ। ਉਹਨਾਂ ਦੇ ਦਰਸ਼ਨਾਂ ਦੀ ਬਾਬਤ ਨਾਮਧਾਰੀ ਦਰਬਾਰ, ਨਾਮਧਾਰੀ ਪੰਥ, ਅਨੇਕਾਂ ਹੀ ਕਥਾ ਕੀਰਤਨ ਹੁੰਦੇ ਨੇ। ਉਹਨਾਂ ਦੇ ਦਰਸ਼ਨਾਂ ਦੀ ਬਾਬਤ ਲਖੋਭਾ ਪਾਠ ਹੁੰਦੇ ਨੇ, ਭਜਨ ਦੀਆਂ ਵਰਣੀਆਂ ਹੁੰਦੀਆਂ ਨੇ, ਤਾਂ ਕਿ ਉਹਨਾਂ ਦੇ ਦਰਸ਼ਨ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਹੋ ਜਾਣ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਜੀ। ਜਿਹਨਾਂ ਦਾ ਅਥਾ ਸੁੱਖ ਅਸੀਂ ਲਿਆ ਗੱਦੀ ਮਸ਼ੀਨ ਹੋਏ 54 ਸਾਲ, ਜਿੱਥੇ ਸਤਿਗੁਰੂ ਇੰਨੇ ਸੁੱਖ ਦਿੰਦਾ ਸਿੱਖ ਨੂੰ, ਤੇ ਫਿਰ ਸਿੱਖ ਦਾ ਵੀ ਉੱਥੇ ਫਰਜ ਬਣਦਾ ਵੀ ਉਹਨੂੰ ਯਾਦ ਕਰੇ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਚ ਨਤਮਸਤਕ ਹੋਈ ਇੱਕ ਵਾਰੀ ਸਭ ਕੱਢ ਕੇ ਆਖੋ ਧੰਨ ਸਤਿਗੁਰੂ ਜਗਦੀਪ ਸਿੰਘ। ਆਪਾਂ ਹੁਣੇ ਕੀਤੇ ਹੋਏ ਕਾਰਜ ਸਫਲ ਕਰਾਉਣੇ ਨੇ, ਇਹ ਕਿਸ ਤਰ੍ਹਾਂ ਸਫਲ ਹੁੰਦੇ ਨੇ? ਆਉਂਦੇ ਨੇ ਵੀ ਜਦੋਂ ਸਮੇਂ ਦੇ ਮਾਲਕ ਦੀ ਮੋਹਰ ਲੱਗਦੀ ਹੈ ਤਾਂ ਫਿਰ ਮਨੁੱਖ ਦਾ ਜਿਹੜਾ ਉਹ ਕਾਰਜ ਸਫਲ ਹੁੰਦਾ ਵੇਖਿਆ ਗਿਆ। ਪਰ ਜਦੋਂ ਸਮੇਂ ਦੇ ਸਤਿਗੁਰ ਦੀ ਮੋਹਰ ਲੱਗਦੀ ਹੈ ਤਾਂ ਫਿਰ ਜਿੱਥੇ ਉਹ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਗਿਆ, ਉੱਥੇ ਨਾਲ ਹੀ ਫਿਰ ਮਨੁੱਖ ਦਾ ਜੀਵਨ ਵੀ ਸਫਲ ਹੁੰਦਾ ਵੇਖਿਆ ਗਿਆ। ਆਓ ਆਪਣੇ ਇਹਨਾਂ ਕਾਰਜਾਂ ਨੂੰ ਸਫਲ ਕਰਾਈਏ, ਮਨੁੱਖੀ ਜੀਵਨ ਨੂੰ ਸਫਲ ਕਰਾਈਏ, ਉਸ ਮਹਾਨ ਸ਼ਕਤੀਸ਼ਾਲੀ ਬਲਸ਼ਾਲੀ ਸਮੇਂ ਦੇ ਸਤਿਗੁਰ ਨੂੰ ਯਾਦ ਕਰੀਏ। ਕੈਸਾ ਹੈ ਉਹ ਸਤਿਗੁਰ, ਇੱਕ ਮਹਾਤਮਾ ਉਹਨਾਂ ਦੀ ਸਿਫਤ ਦੀ ਬਾਬਤ ਲਿਖਦੇ ਨੇ, ਆਂਦੇ ਨੇ ਤੇਰਾ ਨਾਮ ਲਿਆ ਬੇੜਾ ਪਾਰ ਹੋਇਆ, ਹਾਈ ਹੋਈ ਦਰੋਪਦਾ ਜਿੱਤ ਗਈ। ਤੇਰਾ ਨਾਮ ਲਿਆ ਬੇੜਾ ਪਾਰ ਹੋਇਆ, ਹਾਰੀ ਹੋਈ ਦਰੋਪਦਾ ਜਿੱਤ ਗਈ। ਪਾਪਣ ਵੱਡੀ ਸੰਸਾਰ ਚ ਪੂਤਨਾ ਸੀ, ਹਰੀ ਕਹਿਆ ਸਿੱਧੀ ਬੈਕੁੰਠ ਚ ਗਈ। ਜਿਹਦੇ ਨਾਮ ਚ ਇੰਨੀਆਂ ਵਡਿਆਈਆਂ ਨੇ ਉਹਦੀ ਦੀਦ ਦਾ ਪਤਾ ਨੀ ਮੁੱਲ ਕੀ ਏ। ਆਓ ਉਸ ਸ਼ਾਂਤੀ ਦੇ ਪੁੰਜ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਅਸੀਂ ਹਫ਼ਤਾਵਾਰੀ ਸਮਾਗਮ ਦੇ ਵਿੱਚ ਸਾਰੇ ਇਕੱਤਰ ਹੋ ਰਹੇ ਹਾਂ, ਕਥਾ ਕੀਰਤਨ ਹੋ ਰਿਹਾ, ਨਾਮ ਸਿਮਰਨ ਹੋ ਰਿਹਾ। ਚੰਗੇ ਵੱਡੇ ਭਾਗ ਹੋਣ ਤਾਂ ਮਨੁੱਖ ਇੱਥੋਂ ਤੱਕ ਪਹੁੰਚਦਾ ਹੈ, ਨਹੀਂ ਤੇ ਸੰਸਾਰ ਦੇ ਕੰਮਾਂ 'ਚ ਐਸਾ ਰੁੱਝਿਆ ਗਿਆ ਪਤਾ ਹੀ ਨਹੀਂ ਲੱਗਦਾ ਵੀ ਜੀਵਨ ਕਿਸ ਤਰ੍ਹਾਂ ਮਨੁੱਖ ਨੇ ਬਿਤਾਉਣਾ, ਕਿਸ ਤਰ੍ਹਾਂ ਸਫਲ ਹੋਣਾ। ਸਤਿਗੁਰ ਜੀ ਆਉਂਦੇ ਨੇ ਵੀ ਜਿਹੜੇ ਇੱਥੋਂ ਤੱਕ ਪਹੁੰਚਦੇ ਨੇ ਉਹ ਤਖਤਾਂ ਦੇ ਯੋਗ ਨੇ, ਬੜੇ ਵੱਡੇ ਭਾਗਾਂ ਵਾਲੇ ਨੇ। ਆਪ ਬੜੇ ਹੀ ਭਾਗਾਂ ਵਾਲੇ ਹੋ, ਇੱਥੋਂ ਤੱਕ ਪਹੁੰਚੇ ਹੋ। ਜਿੰਨੀ ਦੇਰ ਬੈਠ ਕੇ ਆਪਾਂ ਇੱਥੇ ਸਤਸੰਗ ਕਰਨਾ, ਮਨ ਹਿਰਦੇ ਵਿੱਚ ਉਸ ਅਕਾਲ ਮੂਰਤ ਨੂੰ ਵਸਾ ਕੇ ਰਸਨਾ ਨਾਲ ਨਾਮ ਸਿਮਰਨ ਕਰਨਾ ਤੇ ਕੰਨਾਂ ਦੇ ਨਾਲ ਗੁਰੂ ਦਾ ਹਰਜਾ ਸੁਣਨਾ, ਇਹਦੇ ਨਾਲ ਹੀ ਸਾਡਾ ਇਹ ਜਨਮ ਜਿਹੜਾ ਉਹ ਸਫਲਾ ਹੋਣਾ। ਸਤਿਗੁਰੂ ਜੀ ਜਦੋਂ ਵੀ ਇਸ ਸੰਸਾਰ 'ਚ ਜਦੋਂ ਦੇ ਆਏ ਨੇ
ਉਦੋਂ ਵੀ ਮਨੁੱਖ ਦੇ ਭਲੇ ਵਾਸਤੇ, ਮਨੁੱਖ ਦਾ ਜਨਮ ਸਫਲ ਕਰਨ ਵਾਸਤੇ, ਉੱਚਾ ਤੇ ਸੁੱਚਾ ਜੀਵਨ ਬਣਾਉਣ ਵਾਸਤੇ ਯਤਨ ਕਰਦੇ ਹੀ ਆਏ ਨੇ। ਕਿਸ ਤਰ੍ਹਾਂ ਭਗਤ ਬਣਨਾ, ਕਿਸ ਤਰ੍ਹਾਂ ਜਨ ਬਣਨਾ, ਇਹ ਸਭ ਸਤਿਗੁਰੂ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਤਾਂ ਹੀ ਮਨੁੱਖ ਇੱਥੋਂ ਤੱਕ ਪਹੁੰਚ ਸਕਦਾ ਹੈ। ਅੱਜ ਜਿਹੜੀ ਟੇਕ ਲਈਏ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਬੜਾ ਹੀ ਔਖਾ ਕੰਮ ਹੈ, ਬੜੀ ਔਖੀ ਗੱਲ ਹੈ ਇੱਥੋਂ ਤੱਕ ਪਹੁੰਚਣਾ, ਭਗਤ ਬਣਨਾ, ਜਨ ਬਣਨਾ। ਪਰ ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਇਹ ਸਾਰੇ ਰਾਹ ਸੌਖੇ ਹੋ ਸਕਦੇ ਹਨ। ਸੱਚੇ ਪਾਤਸ਼ਾਹ ਆਪ ਰਾਹ ਦੱਸਦੇ ਨੇ ਮਨੁੱਖ ਨੂੰ, ਬਈ ਇਸ ਤਰ੍ਹਾਂ ਕਰ ਲਏਗਾ ਤੇ ਤੂੰ ਇਸ ਤਰ੍ਹਾਂ ਬਣ ਜਾਵੇਂਗਾ। ਉੱਥੋਂ ਤੱਕ ਪਹੁੰਚਣ ਵਾਸਤੇ ਬੜੀਆਂ ਤਰਕੀਬਾਂ ਦੱਸਦੇ ਨੇ ਵੀ ਕਿਸ ਤਰ੍ਹਾਂ ਜਨ ਬਣਨਾ, ਕਿਸ ਤਰ੍ਹਾਂ ਭਗਤ ਬਣਨਾ। ਸਤਿਗੁਰੂ ਜੀ ਆਉਂਦੇ ਨੇ, ਸਾਚੀ ਪ੍ਰੀਤ ਹਮ ਤੁਮ ਸੰਗ ਜੋੜੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਸੱਚੇ ਪਾਤਸ਼ਾਹ ਆਉਂਦੇ ਨੇ ਵੀ ਜਦੋਂ ਇੱਥੋਂ ਤੱਕ ਮਨੁੱਖ ਦੀ ਅਵਸਥਾ ਪਹੁੰਚ ਜਾਂਦੀ ਹੈ ਨਾ, ਫਿਰ ਉਹ ਆਪਣੇ ਆਪ ਨੂੰ ਜਨ ਕਰਵਾ ਸਕਦਾ, ਫਿਰ ਉਹਦਾ ਜੀ ਕਰ ਸਕਦਾ ਵੀ ਮੈਂ ਜਨ ਤੇਰਾ ਕਹਿ ਸਕਦਾ ਇਸ ਗੱਲ ਨੂੰ। ਪਰ ਜੇ ਸੱਚੇ ਪਾਤਸ਼ਾਹ ਆਉਂਦੇ ਨੇ ਵੀ ਜੇ ਆਖੇ ਵੀ ਮੈਂ ਜਨ ਤੇਰਾ ਤੇ ਗੁਰਦੁਆਰੇ ਵਿਸਰੇ ਹੋਣ, ਫਿਰ ਕਿਸ ਤਰ੍ਹਾਂ ਆਖੇਗਾ ਵੀ ਮੈਂ ਜਨ ਤੇਰਾ। ਆਉਂਦਾ ਹੋਏ ਆਪਣੇ ਆਪ ਨੂੰ ਵੀ ਮੈਂ ਜਨ ਤੇਰਾ, ਤੇ ਬੱਚੇ ਦਾ ਜਨਮ ਦਿਨ ਹੋਵੇ ਤੇ ਵੱਡੀਆਂ ਵੱਡੀਆਂ ਪਾਰਟੀਆਂ ਦਾ ਅਰੇਂਜਮੈਂਟ ਕੀਤਾ ਹੋਵੇ, ਚਿੱਟੇ ਦਸਤਾਰੇ ਭੱਜੇ ਹੋਣ, ਸੋਹਣੇ ਲਿਬਾਸ ਪਾਏ ਹੋਣ ਤੇ ਸਟੇਜਾਂ ਤੇ ਭੰਗੜੇ ਪੈਂਦੇ ਹੋਣ, ਤੇ ਫਿਰ ਕੀ ਕਰਦੇ ਨੇ? ਅੱਜ ਕੱਲ੍ਹ ਦਾ ਰਿਵਾਜ਼ ਹੈ ਵੀ ਸੋਸ਼ਲ ਮੀਡੀਆ 'ਤੇ ਰੱਜ ਕੇ ਫੋਟੋਆਂ ਪਾਉਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ, ਅਤੇ ਟਾਈਟਲ ਵੀ ਉਹਨਾਂ ਦੇ ਬੜੇ ਅਨੋਖੇ ਅਤੇ ਅਜੀਬ ਹੀ ਹੁੰਦੇ ਨੇ। ਸਤਿਗੁਰੂ ਜੀ ਆਉਂਦੇ ਨੇ, ਜੇ ਇਸ ਤਰ੍ਹਾਂ ਦੇ ਦੁਨੀਆਂ ਦੇ ਰੰਗ ਇਹਨਾਂ ਤੋਂ ਰੁੱਝਿਆ ਰਹੇਗਾ ਤਾਂ ਫਿਰ ਤੂੰ ਜਨ ਨਹੀਂ ਬਣ ਸਕਦਾ। ਜਨ ਬਣਨ ਵਾਸਤੇ ਤੈਨੂੰ ਕੁਝ ਹੋਰ ਮਰਿਆਦਾ ਅਪਣਾਉਣੀ ਪਏਗੀ। ਗੁਰਬਾਣੀ ਚ ਇਸਦਾ ਫਰਮਾਨ ਵੀ ਦਿੰਦੇ ਨੇ, ਕਹਿੰਦੇ ਨੇ ਗੰਦਲ ਵੈਣ ਸੁਣੇ ਉਰਝਾਵੈ। ਸਟੇਜਾਂ ਤੇ ਚੜ ਚੜ ਕੇ ਤੂੰ ਗੰਦੇ ਗਾਣੇ ਬੋਲਦਾ, ਗੰਦੇ ਗਾਣੇ ਸੁਣਨਾ ਤੂੰ, ਤੇ ਫਿਰ ਕਿਸ ਤਰ੍ਹਾਂ ਤੂੰ ਜਨ ਬਣੇਗਾ ਸਤਿਗੁਰ ਦਾ? ਅੱਗੇ ਫਿਰ ਕਹਿੰਦੇ ਨੇ ਗੰਦਲ ਵੈਣ ਸੁਣੇ ਉਰਝਾਵੈ, ਨਾਮ ਲੈਦ ਅਲਕਾਇਆ। ਬਈ ਜਦੋਂ ਤੇਰੀ ਵੱਧ ਗੰਦੇ ਗਾਣੇ ਸੁਣ ਸੁਣ ਕੇ ਮਲੀਨ ਹੋ ਜਾਣੀ ਹੈ, ਇਹ ਨਾਮ ਲੈਣ ਦੀ ਜਦੋਂ ਵਾਰੀ ਆ ਜਾਣੀ ਤਾਂ ਫਿਰ ਸੁਰਤ ਤੇਰੇ ਉੱਥੋਂ ਤੱਕ ਪਹੁੰਚ ਹੀ ਨਹੀਂ ਪਾਣੀ ਵੀ ਨਾਮ ਲਿਆ ਜਾਵੇ। ਨਾਮ ਲੈਣ ਲੱਗਿਆ ਫਿਰ ਤੂੰ ਤੇਰੀ ਬਿਰਤੀ ਉੱਤੇ
ਬਦਲ ਜਾਣੀਏ। ਬੜਾ ਸਮਝਾਇਆ ਸਤਿਗੁਰਾਂ ਨੇ ਆਪਣੇ ਉਪਦੇਸ਼ਾਂ ਰਾਹੀਂ, ਗੁਰਬਾਣੀ ਰਾਹੀਂ, ਬਈ ਜੇ ਜਨ ਬਣਨਾ ਤਾਂ ਫਿਰ ਪ੍ਰੇਮਾ ਭਗਤੀ ਕਰ, ਨਾਮ ਦੀ ਭਗਤੀ ਕਰ, ਫਿਰ ਤੂੰ ਜਨ ਬਣੇਗਾ। ਕਿਉਂਕਿ ਸਤਿਗੁਰ ਦੇ ਜਨ ਜਿਹੜਾ ਬਣਨਾ ਉਹਦਾ ਤਾਂ ਇੱਕੋ ਹੀ ਕਾਰਜ ਹੋਣਾ ਚਾਹੀਦਾ, ਉਹ ਇਹਨਾਂ ਰੰਗ ਤਮਾਸ਼ਿਆਂ 'ਚ ਨਹੀਂ ਉਹਦਾ ਕੋਈ ਕੰਮ। ਉਹਦਾ ਕੰਮ ਹੈ ਗੁਰ ਕਿਹਾ ਕਾਰ ਕਮਾਵਾ, ਬਈ ਜਿਹੜੀ ਵੀ ਉਹਦੇ ਖਸਮ ਨੇ ਉਹਨੂੰ ਕਾਰ ਕਹੀਏ, ਸਤਿਗੁਰ ਜੀ ਜਿਹੜੀ ਰਾਹ ਦੱਸਦੇ ਨੇ ਉਹਦੇ ਰਾਹ 'ਤੇ ਚੱਲੇ ਤਾਂ ਫਿਰ ਉਹ ਜੰਗ ਬਣ ਸਕਦਾ। ਜੇ ਦੁਨਿਆਵੀ ਰੰਗ ਤਮਾਸ਼ਿਆਂ 'ਚ ਰੁੱਝਿਆ ਰਹੇਗਾ ਤਾਂ ਫਿਰ ਨਹੀਂ ਉੱਥੋਂ ਤੱਕ ਪਹੁੰਚ ਸਕਦਾ। ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਸ ਬਾਬਤ ਆਪਣੇ ਉਪਦੇਸ਼ਾਂ 'ਚ ਦੱਸਦੇ ਨੇ, ਇੱਕ ਵਾਰੀ ਸਭ ਗੱਜ ਕੇ ਆਪੋ ਧੰਨ ਸਤਿਗੁਰੂ ਜਗਜੀਤ ਸਿੰਘ। ਸਤਿਗੁਰੂ ਜਗਜੀਤ ਸਿੰਘ ਆਪਣੇ ਉਪਦੇਸ਼ਾਂ 'ਚ ਦੱਸਦੇ ਨੇ, ਕਹਿੰਦੇ ਨੇ ਵੀ ਮਣਾ ਤਾਂ ਇਹ ਆਟਾ ਗੁੱਝਿਆ ਹੋਵੇ ਨਾ ਅਤੇ ਚੂੰਡੀ ਗਰਹੇਲ ਉਹਦੇ 'ਚ ਪਾ ਦਿੱਤੀ ਜਾਵੇ ਅਤੇ ਸਾਰਾ ਹੀ ਆਟਾ ਫੇੜਾ ਤੂੰ ਉਹ ਖਰਾਬ ਹੋ ਜਾਂਦਾ। ਜੇ ਤਪੱਸਵੀ ਹੈ ਤਾਂ ਫਿਰ ਰੰਗ ਤਮਾਸ਼ਿਆਂ ਦੀ ਉਹਦੇ ਜ਼ਰੂਰਤ ਕੋਈ ਨਹੀਂ, ਉਹਨਾਂ ਨਾਲ ਕੋਈ ਤੇਰਾ ਲੈਣ ਦੇਣ ਨਹੀਂ ਹੈਗਾ, ਕਿਉਂਕਿ ਉਹ ਤਪੱਸਿਆ ਦਾ ਗੁੱਝਾ ਆਟਾ ਜਦੋਂ ਉਹਦੇ 'ਚ ਚੂੰਡੀ ਰੇਤ ਰੰਗ ਤਮਾਸ਼ਿਆਂ ਦੀ ਪੈ ਗਈ ਤਾਂ ਫਿਰ ਸਾਰਾ ਹੀ ਉਹ ਖਰਾਬ ਹੋ ਜਾਣਾ। ਸੱਚੇ ਪਾਤਸ਼ਾਹ ਬਹੁਤ ਸਮਝਾਇਆ ਮਨੁੱਖ ਨੂੰ ਬਈ ਜਨ ਬਣਨ ਵਾਸਤੇ ਅਤੇ ਭਗਤ ਬਣਨ ਵਾਸਤੇ ਕੀ ਕੁਝ ਕਰਨਾ ਚਾਹੀਦਾ। ਹੁਣ ਇੱਥੇ ਜਿੰਨੇ ਵੀ ਅਸੀਂ ਬੈਠੇ ਹਾਂ, ਜਿਹੜਾ ਝਾਤੀ ਬਾਹਰੋਂ ਹਾਂ, ਵੀ ਜੋ ਜਨ ਵਾਸਤੇ ਹੁਕਮ ਹੋਇਆ ਕਿ ਉਹ ਜਨ ਆਪਣੇ ਹੁਕਮ 'ਤੇ ਖਰਾ ਉਤਰਿਆ ਨਹੀਂ ਖਰਾ ਉਤਰਦਾ, ਕਿਉਂਕਿ ਅੱਜ ਕੱਲ੍ਹ ਤੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਉੱਠਦੇ ਨੇ ਬਈ ਸਾਰੀ ਸਾਰੀ ਉਮਰ ਗੁਜ਼ਾਰ ਦਿੱਤੀ ਹੈ ਕੁਝ ਹਾਸਲ ਨਹੀਂ ਹੋਇਆ, ਪਰ ਜਿਨ੍ਹਾਂ ਨੇ ਸਾਰੀ ਉਮਰ ਉਹਦੇ ਲੇਖੇ ਲਾਈ ਹੈ, ਉਹਦੇ 'ਤੇ ਨਸ਼ਾਵਰ ਕੀਤਾ ਆਪਣਾ ਆਪ, ਉਹ ਇਸ ਦੁਨੀਆਂ ਤੋਂ ਹਾਸਲ ਕਰਕੇ ਗਏ। ਉਹਨਾਂ ਦੀਆਂ ਅੱਜ ਕਥਾ ਕਹਾਣੀਆਂ ਇੱਥੇ ਗਾਈਆਂ ਜਾਂਦੀਆਂ ਨੇ, ਉਹਨਾਂ ਦੇ ਯਾਦ ਕੀਤਾ ਜਾਂਦਾ, ਉਹਨਾਂ ਨੂੰ ਪੂਜਿਆ ਜਾਂਦਾ ਇੱਥੇ, ਕਿਉਂਕਿ ਉਹ ਇੱਥੇ ਕੁਛ ਉਹਦੇ ਵਾਸਤੇ ਕਰ ਗੁਜ਼ਰ ਕੇ ਗਏ ਹੁੰਦੇ। ਸੋ ਜਨ ਬਣ ਕੇ ਜਾਣਾ, ਮਹਾਰਾਜ ਆਂਦੇ ਨੇ ਗੁਰਬਾਣੀ 'ਚ ਵੀ ਜੇ ਉਹਦਾ ਜਨ ਬਣ ਗਿਆ ਤੇ ਤੂੰ ਫਿਰ ਤੇਰੀ ਹੋਰ ਕੋਈ ਰਾਹ ਨਹੀਂ ਹੋਣੀ ਚਾਹੀਦੀ, ਹੋਰ ਦੂਸਰੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਤੇਰਾ ਕੀ ਕੰਮ ਹੋਣਾ ਚਾਹੀਦਾ, ਇੱਕ ਮਨ ਚਿੱਤ ਕਰਕੇ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜਾ ਇਹ ਕਲਪ ਇਹ ਤੂੰ ਅਪਣਾ। ਰਹਿ ਰਾਸ ਦਾ ਵੇਲਾ ਅਪਣਾ ਤੇ ਨਾਮ ਦਾ ਵੇਲਾ, ਇਹ ਸਭ ਤੇਰੇ ਅੰਦਰ ਹੋਣੇ ਚਾਹੀਦੇ ਨੇ ਤਾਂ ਤੂੰ ਜਨ ਬਣੇਗਾ।
ਭਾਈ ਸੰਤੋਖ ਸਿੰਘ ਜੀ ਸੂਰਤ ਪ੍ਰਕਾਸ਼ ਗ੍ਰੰਥ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਬਈ ਸ਼ਰਧਾ ਜਿਹੜੀ ਹੈ ਨਾ ਉਹ ਪ੍ਰੇਮ ਦਾ ਬੀਜ ਦੱਸਿਆ ਗਿਆ। ਸ਼ਰਧਾ ਨੂੰ ਪ੍ਰੇਮ ਦਾ ਬੀਜ ਦੱਸਦੇ ਨੇ, ਜੇ ਸ਼ਰਧਾ ਆਏ ਤਾਂ ਫਿਰ ਪ੍ਰੇਮ ਨੇ ਰੋਪਣ ਕਰਵਾਉਣਾ ਉੱਥੇ, ਜੇ ਸ਼ਰਧਾ ਨਹੀਂ ਤਾਂ ਫਿਰ ਪ੍ਰੇਮ ਵੀ ਨਹੀਂ ਉੱਥੇ ਬਣ ਸਕਦਾ। ਜੇ ਉਹ ਸ਼ਰਧਾ ਨੂੰ ਬੀਜ ਦੱਸਦੇ ਨੇ ਤਾਂ ਫਿਰ ਯਾਦ ਰੱਖੋ ਜਿੱਥੇ ਬੀਜ ਪਾਇਆ ਜਾਂਦਾ ਉੱਥੇ ਹੀ ਪੌਦਾ ਫਿਰ ਉੱਗਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਉਂਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਹਿੰਦੇ ਨੇ ਵੀ ਸ਼ਰਧਾ ਤੋਂ ਪ੍ਰੇਮ ਉਤਪੰਨ ਹੋਣਾ ਤੇ ਪ੍ਰੇਮ ਤੋਂ ਫਿਰ ਭਗਤੀ ਉਤਪੰਨ ਹੋਣੀ ਤੇ ਫਿਰ ਕਿਹਾ ਜਾਣਾ ਵੀ ਮੈਂ ਜਨ ਤੇਰਾ। ਪ੍ਰੇਮ ਤੇ ਭਗਤ ਤੋਂ ਬਿਨਾਂ ਜਨ ਨਹੀਂ ਬਣ ਸਕਦਾ। ਜਿੰਨੀ ਦੇਰ ਪ੍ਰੇਮ ਨਹੀਂ ਉਪਜੇਗਾ ਓਨੀ ਦੇਰ ਭਗਤੀ ਨਹੀਂ ਹੋ ਸਕਦੀ। ਇਹ ਪੱਕਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਗੁਰਬਾਣੀ ਚ ਉਹਨਾਂ ਨੇ ਦੱਸ ਦਿੱਤਾ। ਇਸ ਕਾਰਨ ਕਹਿੰਦੇ ਨੇ ਉਹ ਜਿਨ ਪ੍ਰੇਮ ਕੀਓ ਫਿਰ ਭਗਤੀ ਉੱਤੇ ਵੀ ਤਾਂ ਫਿਰ ਜਨ ਕਰਵਾਇਆ ਜਾਵੇਗਾ।